कुछ ही समा पहला व्यास समागम के दौरान दो धिरां दे विच झड़प होण दा समाचार प्राप्त होया। तस्वीरां पहलां तुहानू दिखाउंदे आ कि किस कदर जिहड़ा इट्टां रोड़ियां दे नाल हमला कीता गया। जिवें तुसीं देख रहे हो कि पूरी गली दे विच इट्टां रोड़े जिहड़े तुहानू खिलरे होए जिहड़े नज़र आ रहे ने, उह कुछ समा पहलां ही इत्थे दो धिरां जिहड़ियां आपस विच भिड़ के हटियां ने। ਜੇ ਦੀ ਮੈਰਿਜ ਸੀ, ਕੁੜੀਆਂ ਨੱਚ ਰਹੀਆਂ ਸੀ, ਸਾਡੇ ਇੱਥੇ ਡੀਜੇ ਲੱਗਾ ਹੋਇਆ ਸੀ ਅਤੇ ਪਿੰਕੇ ਭਾਅ ਜੀ ਆ ਕੇ ਇੱਥੇ ਐਵੇਂ ਕੁੜੀਆਂ ਦੇ ਵਿੱਚ ਭੁੜਕਦੇ ਫਿਰਦੇ ਸੀ ਉਹਨਾਂ ਦੇ ਲੜਕੇ। ਅਸੀਂ ਸਿਰਫ ਉਹਨਾਂ ਨੂੰ ਮਨ੍ਹਾ ਕੀਤਾ ਹੈ ਕਿ ਸਾਡੀ ਫੈਮਿਲੀ ਹੈਗੀ ਹੈ, ਸਾਡੀਆਂ ਘਰ ਦੀਆਂ ਕੁੜੀਆਂ ਵਾ, ਨੌਵਾਂ ਵਾ, ਧੀਆਂ ਵਾ, ਅਤੇ ਉਹਨਾਂ ਦੇ ਵਿੱਚ ਆ ਕੇ ਬਾਹਰ ਦੇ ਬੰਦੇ ਦਾ ਨੱਚਣਾ ਜਾਂ ਭੁੜਕਣਾ ਆ ਕੇ ਸਾਡੀਆਂ ਕੁੜੀਆਂ ਨਾਲ ਛੇੜਖਾਨੀ ਕਰਨ ਦਾ ਕੋਈ ਮਤਲਬ ਨਹੀਂ। ਸਿਰਫ ਉਹਨਾਂ ਨੂੰ ਡੱਕਿਆ ਹੈ, ਉਹਨਾਂ ਨੂੰ ਡੱਕਿਆ ਹੈ ਅਤੇ 5 ਮਿੰਟ ਬਾਅਦ ਬੱਚੇ ਇੱਥੇ ਨੱਚਣ ਡੇ, ਉਹ ਚਲ ਗਏ ਆ। 5 ਮਿੰਟ ਬਾਅਦ ਆ ਕੇ ਉਹਨਾਂ ਨੇ ਪਿਸਤੌਲ ਲੈ ਆਏ ਆ, ਇੱਥੇ ਬੱਚੇ ਨੱਚਦੇ ਪਏ ਉਹਨਾਂ ਦੇ ਉੱਤੇ। ਵੇਖੋ ਇੱਟੇ ਰੋੜੇ ਤੁਸੀਂ ਤੁਹਾਡੇ ਸਾਹਮਣੇ ਨੇ, ਕਿੰਨੇ ਚਲਾਏ ਉਹਨਾਂ ਨੇ। ਸਾਡੇ ਛੋਟੇ ਛੋਟੇ ਬੱਚੇ ਸੀ, ਅੱਧੇ ਸਾਡੇ ਬੱਚੇ ਇੱਧਰ ਭਜਾਏ ਅਸੀਂ, ਅੱਧੇ ਇੱਥੇ ਮੁੰਡਾ ਖੜਾ ਸੀ, ਇਹਨਾਂ ਨੇ ਸਿੱਧੀ ਆ ਕੇ ਗੋਲੀ ਮਾਰੀ ਆ। ਮੁੰਡੇ ਦੇ ਚਲੋ ਗੋਲੀ ਵੱਜੀ ਨਹੀਂ ਹੈ, ਪਰ ਉਹਦੀ ਕਿਸਮਤ ਚੰਗੀ ਕਿ ਉਹ ਭੱਜ ਕੇ ਅੰਦਰ ਵੜ ਗਿਆ। ਬਾਅਦ 'ਚ ਇਹਨਾਂ ਨੇ 5 ਫਾਇਰ ਕੀਤੇ ਨੇ, ਮੁਹੱਲੇ ਦੇ ਹੈਗੇ ਨੇ, ਅਸੀਂ ਉਹਨਾਂ ਨੂੰ ਬੁਲਾਇਆ ਨਹੀਂ ਆ। ਇੱਕ ਪਿੰਕੇ ਭਾਅ ਜੀ ਸੀ ਅਤੇ ਇੱਕ ਲੰਬੜਦਾਰ ਭਾਅ ਜੀ ਸੀ, ਮੋਟੇ ਜਿਹੇ, ਉਹਨਾਂ ਨੇ ਲਿਆ ਕੇ ਪਿਸਤੌਲ ਲਿਆ ਕੇ ਇੱਥੇ ਫਾਇਰ ਕੀਤੇ ਨੇ ਬੜੇ, ਨਾਲ ਉਹਨਾਂ ਦੇ ਬੇਟੇ ਸੀ। ਕੋਈ ਪੁਰਾਣੀ ਰੰਜਿਸ਼ ਸੀ, ਪਹਿਲਾਂ ਵੀ ਕਦੇ ਝਗੜਾ ਹੋਇਆ? ਕੁਛ ਵੀ ਨਹੀਂ। ਦੇਖੋ ਕਿ ਉਹਨਾਂ ਨੂੰ ਇਹ ਡੱਕਿਆ ਕਿ ਸਾਡੇ ਬੱਚੇ ਨੱਚਦੇ ਪਏ ਆ, ਕੁੜੀਆਂ ਨੱਚਦੀਆਂ ਪਈਆਂ, ਇਹਨਾਂ ਦੇ ਵਿੱਚ ਆ ਕੇ ਨਾ ਪੰਗਾ ਲਓ। ਹੈਂਡਲ ਕਰਨੇ ਸੀ ਪ੍ਰਾਹੁਣੇ, ਰੋਟੀ ਰੁਟੀ ਖਵਾ ਰਹੇ ਕਿਸੇ ਨੂੰ, ਯਾਨੀ ਕਿ ਉੱਪਰ ਆਪਣਾ ਪੈਕ ਸ਼ੈਕ ਲਾ ਰਹੇ, ਫ੍ਰੈਂਡ ਕਰਨਾ ਮੈਂ ਸਭ ਨੂੰ ਹੈਂਡਲ ਕਰ ਰਿਹਾ ਸੀ। ਅਤੇ ਦੀਦੀ ਨੇ ਮੈਨੂੰ ਪਹਿਲੇ ਕਿਹਾ ਕਿ ਪਿੰਕਾ ਹਟਦਾ ਨਹੀਂ ਪਿਆ, ਵਾਰ ਵਾਰ ਆ ਕੇ ਖਰਾਬੀਆਂ ਕਰਦਾ ਪਿਆ। ਅਸੀਂ ਸਿਰਫ ਨੰਬਰਦਾਰ ਨੂੰ ਕੱਲ੍ਹ ਵਿਆਹ ਗਿਆ ਸੀ, ਨੰਬਰਦਾਰ ਕਦੋਂ ਆਇਆ ਕੱਲ੍ਹ ਸਾਡੇ ਵਿਆਹ, ਬਹੁਤ ਸੋਹਣਾ ਫੰਕਸ਼ਨ ਭਾਈ ਨੇ ਭਗਤਾਇਆ, ਅਸੀਂ ਇਹਨੂੰ ਨਹੀਂ ਬੁਲਾਇਆ ਸੀ ਕੱਪ ਪਿੰਕੇ ਨੂੰ। ਇਹ ਅੱਧਾ ਘੰਟਾ ਖਲੋ ਕੇ ਪਿਹੜੇ ਸਾਡੇ ਵੱਲ ਪਹਿਲੇ ਘੂਰ ਘੂਰ ਵਹਿੰਦਾ ਰਿਹਾ, ਪਤਾ ਨਹੀਂ ਕਿੱਥੋਂ ਸ਼ਰਾਬ ਪੀ ਕੇ ਕਿੱਥੋਂ ਨਹੀਂ ਪੀ ਕੇ ਆਇਆ। ਅਸੀਂ ਇਹਨੂੰ ਨਹੀਂ ਬੁਲਾਇਆ, ਠੀਕ ਹੈ, ਇਹ ਅੱਧਾ ਘੰਟਾ ਉੱਥੇ ਖਲੋ ਗਿਆ। ਇਹ ਜਦੋਂ ਮੇਰੇ ਲੱਗੇ ਸੀ ਤਾਂ ਮੈਂ ਡਰਦੇ ਨੇ ਆਪਣੇ ਉੱਧਰ ਭੱਜ ਗਿਆ ਭਾਈ, ਜਾਨ ਬਚਾਈ ਸਿਰਫ ਇਸੇ ਕਰਕੇ। ਅਤੇ ਮੇਰੇ 2 ਬੱਚੇ ਆ, ਜੇਕਰ ਮੈਨੂੰ ਕੁਛ ਹੋ ਜਾਂਦਾ, ਮੇਰੇ ਗੋਲੀ ਵੱਜ ਜਾਂਦੀ ਕੁਛ, ਤਾਂ ਕੌਣ ਇਹਨਾਂ ਦਾ ਜ਼ਿੰਮੇਵਾਰ? ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ, ਤਾਂ ਮੈਂ ਹਾਂ ਸਰਵਨ ਸਿੰਘ ਰੰਧਾਵਾ। ਇਸ ਵਕਤ ਮੌਜੂਦ ਹਾਂ ਸ਼ਿਹਾਟ ਦੇ ਇਲਾਕੇ ਨਿਊ ਮਾਡਲ ਟਾਊਨ ਵਿਖੇ, ਜਿੱਥੇ ਕਿ ਕੁਝ ਹੀ ਸਮਾਂ ਪਹਿਲਾਂ ਵਿਆਹ ਸਮਾਗਮ ਦੇ ਦੌਰਾਨ ਦੋ ਧਿਰਾਂ ਦੇ ਵਿੱਚ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਕਦਰ ਜਿਹੜਾ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪੂਰੀ ਗਲੀ ਦੇ ਵਿੱਚ ਇੱਟਾਂ ਰੋੜੇ ਜਿਹੜੇ ਤੁਹਾਨੂੰ ਖਿਲਰੇ ਹੋਏ ਜਿਹੜੇ ਨਜ਼ਰ ਆ ਰਹੇ ਨੇ, ਉਹ ਕੁਝ ਸਮਾਂ ਪਹਿਲਾਂ ਹੀ ਇੱਥੇ ਦੋ ਧਿਰਾਂ ਜਿਹੜੀਆਂ ਆਪਸ ਵਿੱਚ ਭਿੜ ਕੇ ਹਟੀਆਂ ਨੇ, ਬੋਤਲਾਂ ਚਲਾਈਆਂ ਗਈਆਂ, ਜਦੋਂ ਤੱਕ ਕਿ ਹਵਾਈ ਫਾਇਰ ਹੋਣ ਦਾ ਸਮਾਚਾਰ ਵੀ ਜਿਹੜਾ ਉਹ ਪ੍ਰਾਪਤ ਹੋਇਆ। ਤਸਵੀਰਾਂ ਤੁਹਾਡਾ ਨਿਊ ਮਾਡਲ ਟਾਊਨ ਦੀਆਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਇੱਟਾਂ ਦੇ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ, ਹਵਾਈ ਫਾਇਰ ਕੀਤੇ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ। ਕੱਚ ਦੀਆਂ ਬੋਤਲਾਂ ਜਿਹੜੀਆਂ ਟੁੱਟੀਆਂ ਪਈਆਂ ਨੇ, ਬੋਤਲਾਂ ਦੇ ਨਾਲ ਜਿਹੜਾ ਉਹ ਹੱਲਾ ਬੋਲਿਆ ਗਿਆ ਦੂਸਰੀ ਧਿਰ ਵੱਲੋਂ। ਫਿਲਹਾਲ ਜੋ ਜਾਣਕਾਰੀ ਅਜੇ ਤੱਕ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਜਿਹੜਾ ਉਹ ਇੱਕ ਵਿਆਹ ਦਾ ਸਮਾਗਮ ਚੱਲ ਰਿਹਾ ਸੀ, ਜਿਸ ਦੇ ਵਿੱਚ ਦੂਸਰੀ ਧਿਰ ਦੇ ਲੋਕ ਆ ਕੇ ਨੱਚਣ ਲੱਗ ਜਾਂਦੇ ਨੇ, ਇਸ ਨੂੰ ਲੈ ਕੇ ਜਿਹੜਾ ਵਿਵਾਦ ਉੱਠਦਾ ਔਰ ਉਸ ਤੋਂ ਬਾਅਦ ਫਿਰ ਜਿਹੜਾ ਉਹ ਝਗੜਾ ਸ਼ੁਰੂ ਹੋ ਜਾਂਦਾ ਔਰ ਇੱਟਾਂ ਰੋੜੇ ਜਿਹੜੇ ਆ ਦੋਵੇਂ ਪਾਸਿਆਂ ਤੋਂ ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਗੱਡੀ ਤੁਸੀਂ ਦੇਖ ਰਹੇ ਹੋ, ਗੱਡੀ ਦੀ ਵੀ ਤੋੜਭੰਨ ਜਿਹੜੀ ਕੀਤੀ ਗਈ ਆ, ਇੱਟਾਂ ਜਿਹੜੀਆਂ ਰੋੜੇ ਜਿਹੜੇ ਮਾਰੇ ਗਏ ਨੇ ਔਰ ਤੋੜਭੰਨ ਜਿਹੜੀ ਆ ਉਹ ਕੀਤੀ ਗਈ ਆ। ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਰਹੇ ਹੋ ਕਿ ਕਿਸ ਕਦਰ ਜਿਹੜੀ ਆ ਉਹ ਤੋੜਭੰਨ ਜਿਹੜੀ ਆ ਉਹ ਕੀਤੀ ਗਈ ਆ। ਮੌਕੇ 'ਤੇ ਪੁਲਿਸ ਵੀ ਪਹੁੰਚ ਚੁੱਕੀ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਪਰਿਵਾਰਕ ਮੈਂਬਰ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੇ ਆ। ਹਾਂਜੀ ਮੈਮ, ਕੀ ਨਾਮ? ਕਮਲਜੀਤ ਕੌਰ। ਅਮਰਜੀਤ ਕੌਰ ਜੀ, ਕੀ ਗੱਲ ਹੋਈ? ਇੱਥੇ ਸਾਡੀ ਕੁੜੀਆਂ ਨੱਚ ਰਹੀਆਂ, ਰਹਿਣ ਦਿਓ, ਮੇਰੇ ਭਤੀਜੇ ਦੀ ਮੈਰਿਜ ਸੀ, ਕੁੜੀਆਂ ਨੱਚ ਰਹੀਆਂ ਸੀ, ਸਾਡੇ ਇੱਥੇ ਡੀਜੇ ਲੱਗਾ ਹੋਇਆ ਸੀ ਅਤੇ ਪਿੰਕੇ ਭਾਅ ਜੀ ਆ ਕੇ ਇੱਥੇ ਐਵੇਂ ਕੁੜੀਆਂ ਦੇ ਵਿੱਚ ਭੁੜਕਦੇ ਫਿਰਦੇ ਸੀ ਉਹਨਾਂ ਦੇ ਲੜਕੇ। ਅਸੀਂ ਸਿਰਫ ਉਹਨਾਂ ਨੂੰ ਮਨ੍ਹਾ ਕੀਤਾ ਹੈ ਕਿ ਸਾਡੀ ਫੈਮਿਲੀ ਹੈਗੀ ਹੈ, ਸਾਡੀਆਂ ਘਰ ਦੀਆਂ ਕੁੜੀਆਂ ਵਾ, ਨੌਵਾਂ ਵਾ, ਧੀਆਂ ਵਾ, ਅਤੇ ਉਹਨਾਂ ਦੇ ਵਿੱਚ ਆ ਕੇ ਬਾਹਰ ਦੇ ਬੰਦੇ ਦਾ ਨੱਚਣਾ ਜਾਂ ਭੁੜਕਣਾ ਆ ਕੇ ਸਾਡੀਆਂ ਕੁੜੀਆਂ ਨਾਲ ਛੇੜਖਾਨੀ ਕਰਨ ਦਾ ਕੋਈ ਮਤਲਬ ਨਹੀਂ। ਸਿਰਫ ਉਹਨਾਂ ਨੂੰ ਡੱਕਿਆ ਹੈ, ਉਹਨਾਂ ਨੂੰ ਡੱਕਿਆ ਹੈ ਅਤੇ 5 ਮਿੰਟ ਬਾਅਦ ਬੱਚੇ ਇੱਥੇ ਨੱਚਣ ਡੇ, ਉਹ ਚਲ ਗਏ ਆ। 5 ਮਿੰਟ ਬਾਅਦ ਆ ਕੇ ਉਹਨਾਂ ਨੇ ਪਿਸਤੌਲ ਲੈ ਆਏ ਆ, ਇੱਥੇ ਬੱਚੇ ਨੱਚਦੇ ਪਏ ਉਹਨਾਂ ਦੇ ਉੱਤੇ। ਵੇਖੋ ਇੱਟੇ ਰੋੜੇ ਤੁਸੀਂ ਤੁਹਾਡੇ ਸਾਹਮਣੇ ਨੇ, ਕਿੰਨੇ ਚਲਾਏ ਉਹਨਾਂ ਨੇ। ਸਾਡੇ ਛੋਟੇ ਛੋਟੇ ਬੱਚੇ ਸੀ, ਅੱਧੇ ਸਾਡੇ ਬੱਚੇ ਇੱਧਰ ਭਜਾਏ ਅਸੀਂ, ਅੱਧੇ ਇੱਥੇ ਮੁੰਡਾ ਖੜਾ ਸੀ, ਇਹਨਾਂ ਨੇ ਸਿੱਧੀ ਆ ਕੇ ਗੋਲੀ ਮਾਰੀ ਆ। ਮੁੰਡੇ ਦੇ ਚਲੋ ਗੋਲੀ ਵੱਜੀ ਨਹੀਂ ਹੈ, ਪਰ ਉਹਦੀ ਕਿਸਮਤ ਚੰਗੀ ਕਿ ਉਹ ਭੱਜ ਕੇ ਅੰਦਰ ਵੜ ਗਿਆ। ਬਾਅਦ 'ਚ ਇਹਨਾਂ ਨੇ 5 ਫਾਇਰ ਕੀਤੇ ਨੇ। ਕੌਣ ਨੇ ਉਹ ਜਿਹੜੇ ਵਿਆਹ ਸਮਾਗਮ ਦੇ ਵਿੱਚ ਆਏ ਸੀ, ਖਲਰ ਪੈਦਾ ਕੀਤਾ ਗਿਆ? ਰਿਸ਼ਤੇਦਾਰ ਸੀ ਜਾਂ ਗੁਆਂਢੀ? ਬੁਲਾਇਆ ਹੀ ਨਹੀਂ। ਵੈਸੇ ਰਿਸ਼ਤੇਦਾਰ ਸੀ ਜਾਂ ਗੁਆਂਢੀ ਨੇ? ਮੁਹੱਲੇ ਦੇ ਹੈਗੇ ਨੇ, ਅਸੀਂ ਉਹਨਾਂ ਨੂੰ ਬੁਲਾਇਆ ਨਹੀਂ ਆ। ਇੱਕ ਪਿੰਕੇ ਭਾਅ ਜੀ ਸੀ ਅਤੇ ਇੱਕ ਲੰਬੜਦਾਰ ਭਾਅ ਜੀ ਸੀ, ਮੋਟੇ ਜਿਹੇ, ਉਹਨਾਂ ਨੇ ਲਿਆ ਕੇ ਪਿਸਤੌਲ ਲਿਆ ਕੇ ਇੱਥੇ ਫਾਇਰ ਕੀਤੇ ਨੇ ਬੜੇ, ਨਾਲ ਉਹਨਾਂ ਦੇ ਬੇਟੇ ਸੀ। ਕੋਈ ਪੁਰਾਣੀ ਰੰਜਿਸ਼ ਸੀ, ਪਹਿਲਾਂ ਵੀ ਕਦੇ ਝਗੜਾ ਹੋਇਆ? ਕੁਛ ਵੀ ਨਹੀਂ। ਦੇਖੋ ਕਿ ਉਹਨਾਂ ਨੂੰ ਇਹ ਡੱਕਿਆ ਹੈ ਕਿ ਸਾਡੇ ਬੱਚੇ ਨੱਚਦੇ ਪਏ ਆ, ਕੁੜੀਆਂ ਨੱਚਦੀਆਂ ਪਈਆਂ, ਇਹਨਾਂ ਦੇ ਵਿੱਚ ਆ ਕੇ ਨਾ ਪੰਗਾ ਲਓ।
और मुंडे सारे भी 21 साल दे आ देखो शादी है घर भरा दी मैरिज ही उन्होंने थोड़ी बहुत ड्रिंक सारे ने की है बेटे की मैरिज ही ड्रिंक सारे ने माड़ी मोटी की वेखो साढ़े कि बच्चे से गोली वज जाती हूँ साढ़े जवाई भाई बहार आया वो वेखो की वज गया सानू नहीं पता कि जख्म होया है पर सानू इंसाफ चाहिए है। वीरे की ना दीपक सिंह की गल हुई है मैं तो घर नहीं है मैं घर नहीं से मैं बहार गया मुंडे यार दोस्त को किसी को मैं तो हूँ आया घर मैं तो हूँ पता लगा भी आह गल हुई है जिन्हों का नाम इन्होंने वालों लिया जा रहा कभी बार पहले उन्होंने झगड़ा हो कोई पुरानी रंजिश हो नहीं, नहीं कोई रंजिश बाई नहीं अपनी उन्होंने। हाँ जी सर थोड़ा मेरा सर तरनजीत सिंह विक्की है की गल हुई है सारी हम सर गल कोई नहीं है असं परौने अंदर से तो दीदी होनी साढ़े बहर रचते पे थी ठीक है नाल साढ़िया नूहां सी सब ही फैमिली आए हुए थी तो ये मैं अंदर हैंडल करने से परौने रोटी रुटी खवा रहे किसी यानी कि उपर अपना पैक शक ला रहे फैन करना मैं सबनों हैंडल कर रहा तो दीदी ने मैंने पहले कहा कि पिंका हटदा नहीं पिया बार बार आ के खराबी करता पिया असी सिर्फ नंबरदार कल विह गया नंबरदार कदों आया कल साढ़े विह बहुत सोहना फंक्शन भाई ने भगताया असी इनू नहीं बुलाया अ पिंके ये अद्धा घंटा खलो के पिड़े साढ़े वाल पहले घूर घूर वेंदा रहा पता नहीं कितों शराब पी के कितों नहीं पी के आया असी इनू नहीं बुलाया ठीक है अद्धा घंटा उत्थे खलो के गया जिन्ना चर मैं जो इतने खलोता ही मेरे होंदे तो पिंका इतने बेच नहीं आया ठीक है मैं जो अंदर चले गया मेरे तो बाद कि पिंका आया इतने तो मेरे दीदी ने डकिया तो ये इन्नी गलों करके पहले घर चले गया वा फिर घरों जाके अपने बच्चे बुच्चे लिया तो उनके बंदे ने चलो जी आ करने चालू करता तो मैं इतने खलोता सर तो इन्होंने मेरे होंगे सू इन पता लगा इन्होंने पहले मेरे पहला भी कभी कोई झगड़ा होया कोई पुरानी रंजिश है या पहली बार होया नहीं सर कोई पुरानी रंजिश नहीं साड़ी साडा सगो इन्हों के वे ब्रदर ना फैमिली बैटर ही बहुत चंगे आ गए पर यह पिंके ने काम कराया तो बाद चो नंबरदार इधरों आया कि भजा मेरे सिस्टर ने देखा क्योंकि जो मेरे लगे लगे ही तो मैं डरद ने अपने उधर भज गया भाई जान बचाई सिर्फ इसे करके तो मेरे दो बच्चे है जेकर मैनू कुछ हो जाता मेरे गोली वज जाती कुछ तो कौन इन्हों का जिम्मेवार बिल्कुल जी दोवें तरह का जो आपस में झगड़ा हुआ विआह का समागम चल रहा है दूसरी तो रोंदी है तो उस वो इटा रोड़े चलाए जाते हैं पुलिस अधिकारी मौके पर जाँच कर पहुंचे ने गलबात कर लें हाँ जी सर की मामला सारा की गलबात हुई अज दीपक सिंह सानो बखशीश सिंह का विआह सीगा ते विआह दी खुशी दे विच सारा परिवार जिहड़ा इंजॉय कर रहे सीगे तो कोई गुरसेवक सिंह पिंका आ उहदा बेटा हैरी ते गैरी दो ने एक करन आ नाल उहदे नाल दो तीन जने होर होणगे वह बिना सद्दे विआह च आ के जिहड़ा वा अपनी बदतमीजी कर लगे जदों इन्हां परिवार ने उहनां नूं रोकिया ते उह बाद च गए ते बाद च घर जाके अपने ते अपने पिता नूं नाल लै के आ के ते इत्थे उहनां ने गुंडागर्दी कीती आ ते हवाई फायर भी कीते ने ते गड्डियां दी भनतोड़ कीती आ असीं मौके ते आ ठीक है जी सारा मैटर वेरीफाई कर रहे हैं असी दोषी बंदे जिहड़े ने उन्हां दे खिलाफ बकायदा मुकदमा दर्ज करके ते उन्हां दे जो बनती कार्रवाई करांगे सीसीटीवी कैमरे भी सर लगे हुए सीसीटीवी कैमरे की भी मदद ली जा रही है कि पता लगाया जा सके अगर असल कारण की है लड़ाई हाँ बिल्कुल जी सीसीटीवी कैमरे ने सारा कुछ क्लीयर कर देना और लगभग लगे हुए ने असी वेरीफाई कर रहे हैं इन्हां नूं चैक कर रहे हैं और जिहड़ा जो भी दोषी होया उसके खिलाफ बनती कार्रवाई परिवारक मैंबरों का कहना है कि गोली भी दूजी धिर वालों चलाई गई है हवाई फायर किए गए सीधी भी गोलियां चलाई गई हैं कोई खोल बराबर हुए हूँ तक फिलहाल नहीं हुए पर जो लोगों के दसों मुताबिक बिल्कुल फायर हुए हैं तो असी उस मुताबिक ही कार्रवाई कर रहे हैं कोई दूसरी धिर का हजे कोई गलबात हुई उन्होंने या करे ने अपने या कोई तुम उन्होंने संपर्क करने की कोशिश की है नहीं जी साड़ी मेरिया पुलिस पार्टियां जिहड़ियां उन्होंने रेड करने लई चली गईयां ने और असी छेती सारयां नूं गिरफ्तार कर लवांगे बिल्कुल जी ये सन छेड़ा थाना मुखी जिन्हों के नाल गलबात की जिन्हों का कहना कि बहुत जल्द ही जिहड़ा दोषी जिहड़े उन्होंने गिरफ़्तार कर लिया जाएगा पर फिलहाल जो तस्वीरां तुहानू दिखा रहे हैं कि किस कदर जिहड़ी आ वो तोड़भन की गई है विआह का समागम चल रहा है विआह समागम के दौरान जिहड़े कुछ लोग ने वह दाखिल होंदे ने उन्हां तों बाद फिर उन्हां वल्लों जिहड़ा इत्थे आ के इट रोड़े चलाए जांदे ने हालांकि परिवारक मैंबरां दा यह कहना कि उन्हां नूं विआह समागम दे विच जिहड़ा नहीं बुलाया गया सी जबरदस्ती वह विआह दे समागम दे अंदर दाखिल होए ने उन्हां दीआं जिहड़ियां नौहां तीआं नच रहीआं सी इस दे नाल उन्हां दे नाल आ के उन्हां नच्चणा शुरू कर दित्ता जद परिवारक मैंबरां ने इस चीज़ का विरोध किया तो उस तो बाद फिर दूसरी धिर जी है अपने नाल होर कुछ अणछाते बंदे लैके उन्होंने घर अंदर दाखिल होंगी तो इट रोड़ों के नाल हमला कर देती है कुछ हवाई फायर होने का भी समाचार जिहड़ा प्राप्त होया पुलिस मौके पर पहुँच चुकी है और जांच पुलिस वालों जी है वो की जा रही है। सर्वजन दावा स्पोक्समैन टीवी कैमरामैन साथी दीपक बजाज के नाल अमृतसर साहब तो।